ਪੰਜਾਬ ਵਿੱਚ ਆਪ ਪਾਰਟੀ ਦੀ ਗੁੱਟਬੰਦੀ ਇੱਕ ਵਾਰ ਫਿਰ ਤੋਂ ਸਾਹਮਣੇ ਆਉਂਦੀ ਹੋਈ ਵਿਖਾਈ ਦੇ ਰਹੀ ਹੈ, ਜਿਸ ਵਿੱਚ ਇੱਕ ਬੈਠਕ ਕਰਕੇ ਆਪ ਪਾਰਟੀ ਦੇ ਨਾਰਾਜ਼ ਆਗੂਆਂ ਨੇ ਮਨੀਸ਼ ਸਿਸੋਦੀਆ ਦੇ ਨਾਮ ਆਪਣੇ ਅਸਤੀਫੇ ਭੇਜੇ ਨੇ ਅਤੇ ਸਿੱਧੇ ਤੌਰ 'ਤੇ ਸਹਿ ਪ੍ਰਧਾਨ ਪੰਜਾਬ ਡਾਕਟਰ ਬਲਬੀਰ ਸਿੰਘ ਉੱਤੇ ਇਲਜ਼ਾਮ ਲਗਾਏ ਨੇ ਕਿ ਉਹ ਮਨਮਾਨੀ ਕਰਦੇ ਹਨ ਅਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਵਿਰੋਧੀ ਰਵੱਈਆ ਰੱਖਦੇ ਨੇ। ਚੰਡੀਗੜ੍ਹ ਵਿੱਚ 15 ਤੋਂ 16 ਆਪ ਆਗੂਆਂ ਨੇ ਬੈਠਕ ਕਰਕੇ ਫੈਸਲਾ ਕੀਤਾ ਹੈ ਕਿ ਉਹ ਪਾਰਟੀ ਲਈ ਇੱਕ ਮੈਂਬਰ ਦੇ ਰੂਪ ਵਿੱਚ ਕੰਮ ਕਰਨਗੇ, ਲੇਕਿਨ ਉਹਨਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਤੋਂ ਉਹ ਆਜ਼ਾਦ ਹੋ ਰਹੇ ਨੇ। ਇਹਨਾਂ ਨਾਰਾਜ਼ ਆਗੂਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗਿਆਨ ਸਿੰਘ ਮੰਗੋ ਨੂੰ ਅਹੁਦੇ ਤੋਂ ਹਟਾਇਆ ਹੈ, ਜਿਸ ਦੇ ਰੋਸ ਵਜੋਂ ਇਹਨਾਂ ਆਪ ਆਗੂਆਂ ਨੇ ਆਪਣੇ ਪਦਾਂ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਪਾਰਟੀ ਨੂੰ ਕਮਜ਼ੋਰ ਕਰਨ ਦੀ ਬਿਉਂਤਬੰਦੀ, ਡਾਕਟਰ ਬਲਬੀਰ ਦਾ ਵਿਰੋਧੀਆਂ ਦੇ ਹੱਥ 'ਚ ਖੇਲਣਾ, ਉਹਦੀਆਂ ਇਹ ਨੀਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਕਮਜ਼ੋਰ ਕਰ ਰਹੀਆਂ ਨੇ। ਅਸੀਂ ਜਿਸ ਤਰ੍ਹਾਂ ਕੋਈ ਵੀ ਔਲਾਦ ਆਪਣੀ ਮਾਂ ਨੂੰ ਰੋਂਦੇ ਨਹੀਂ ਦੇਖ ਸਕਦੀ, ਇਸ ਤਰ੍ਹਾਂ ਅਸੀਂ ਆਮ ਆਦਮੀ ਪਾਰਟੀ ਦਾ ਕਾਣ ਹੁੰਦਾ ਨਹੀਂ। ਜਿਹੜਾ ਬੰਦਾ ਪਾਰਟੀ ਹਾਈ ਕਮਾਂਡ ਨਾਲ ਜੁੜਿਆ ਹੋਇਆ, ਜਿਹੜਾ ਬੰਦਾ ਜੇ ਸੰਜੇ ਸਿੰਘ ਨਾਲ ਜੁੜਿਆ ਹੋਇਆ, ਉਹਨੂੰ ਅਹੁਦੇ ਤੋਂ ਉਤਾਰ ਦਿਓ। ਕੀ ਪਾਰਟੀਆਂ ਬੰਦਿਆਂ ਨਾਲ ਥੋੜ੍ਹੀ ਚੱਲਦੀਆਂ? ਪਾਰਟੀਆਂ ਚੱਲਦੀਆਂ ਨੇ ਸੰਗਠਨ ਨਾਲ, ਪਾਰਟੀਆਂ ਚੱਲਦੀਆਂ ਵੱਡੇ ਦਿਲ ਨਾਲ। ਉਹਨਾਂ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਬਿਨਾਂ ਕੋਈ ਕਾਰਨ ਦੱਸੇ ਪਰਸੋਂ ਸਿਰਫ ਇਸ ਗੱਲ 'ਤੇ ਤਾਰਤਾ ਕਿ ਸੁਖਪਾਲ ਖਹਿਰਾ ਜੀ ਉਹਨਾਂ ਦੇ ਘਰੇ ਚਾਹ ਪੀਣ ਚਲੇ ਗਏ। ਕੀ ਗੁਨਾਹ ਕਰਤਾ ਯਾਰ? ਡਾਕਟਰ ਬਲਬੀਰ ਵਰਗੇ ਆਗੂ ਜਦ ਤੱਕ ਘਰੇ ਨਹੀਂ ਬੈਠਣਗੇ, ਉਦੋਂ ਤੱਕ ਸਾਨੂੰ ਪੰਜਾਬ ਦੀ ਆਣ ਸ਼ਾਨ ਬਚਾਉਣ ਲਈ ਇਸ ਤਰ੍ਹਾਂ ਹੀ ਸੰਘਰਸ਼ ਕਰਨਾ ਪਏਗਾ ਅਤੇ ਅਸੀਂ ਕਰਦੇ। ਅਹੁਦਿਆਂ ਤੋਂ ਅਸਤੀਫਾ ਦਿੱਤਾ, ਉਹ ਵੀ ਤਾਂ ਕਰਕੇ ਦਿੱਤਾ ਕਿ ਹਾਈ ਕਮਾਂਡ ਤੱਕ ਸਾਡੀ ਗੱਲ ਪਹੁੰਚ ਸਕੇ, ਕਿਉਂਕਿ ਪਿਛਲੇ 3-4 ਮਹੀਨੇ ਤੋਂ ਜੋ ਵੀ ਪੰਜਾਬ ਵਿੱਚ ਹੋ ਰਿਹਾ, ਮੇਰਾ ਖਿਆਲ ਹੈ ਹਾਈ ਕਮਾਂਡ ਨੂੰ ਗੁੰਮਰਾਹ ਕਰ ਰਹੇ ਆ ਕੁਛ ਬੰਦੇ ਕਿ ਡਾਕਟਰ ਬਲਬੀਰ ਸਿੰਘ ਜੀ ਪਹਿਲਾਂ ਵੀ ਚਲੋ ਕਈ ਗੱਲਾਂ ਨੂੰ ਲੈ ਕੇ ਕੋਈ ਮਨਮਟਾਓ ਹੋ ਜਾਂਦੇ ਸੀ, ਅਸੀਂ ਪਾਰਟੀ ਲੀਡਰਸ਼ਿਪ ਕੋਲ ਜਾਂਦੇ ਸੀ, ਸਾਡੀ ਗੱਲ ਦੀ ਸੁਣਵਾਈ ਹੁੰਦੀ ਸੀ, ਪਰ ਪਿਛਲੇ 4 ਮਹੀਨੇ ਤੋਂ ਜਦੋਂ ਦੇ ਡਾਕਟਰ ਬਲਬੀਰ ਸਿੰਘ ਕੋ ਪ੍ਰੈਜ਼ੀਡੈਂਟ ਬਣੇ ਨੇ, ਉਹ ਸੰਭਾਲ ਰਹੇ ਨੇ, ਕੋਈ ਸੁਣਵਾਈ ਨਹੀਂ, ਬਿਨਾਂ ਦੱਸੇ ਤੋਂ ਕੱਢਿਆ ਜਾ ਰਿਹਾ। ਸੋਸ਼ਲ ਮੀਡੀਆ 'ਤੇ ਅਗਲੇ ਦਿਨ ਆਉਂਦਾ ਵੀ ਫਲਾਨਾ ਬੰਦਾ ਕੱਢ ਤੋਂ, ਜਿੱਦਾਂ ਮੋਂਗੋ ਸਾਹਿਬ ਕੱਢਤੇ, ਇੱਦੂ ਪਹਿਲਾਂ ਵੀ 3-4 ਬੰਦੇ ਕੱਢੇ ਆ। ਹੁਣ ਇਹ ਤਾਂ ਪਾਰਟੀ ਹਾਈਕਮਾਂਡ ਨੇ ਦੇਖਣਾ ਵੀ ਖਹਿਰਾ ਵਰਸਸ ਜਿਹੜੀ ਬਲਬੀਰ ਸਿੰਘ ਦੀ ਲੜਾਈ ਹੈ, ਉਹਦੇ 'ਚ ਕਿਤੇ ਪੂਰੀ ਆਮ ਆਦਮੀ ਪਾਰਟੀ ਪਿਸਕੇ ਨਾ ਰਹਿ ਜੇ।